ਇੱਕ ਤੁਹਾਡਾ ਬੀਬੀਆਂ ਦਾ ਇਹ ਬੜਾ ਪੰਗਾ ਹੁੰਦਾ, 500 ਰੁਪਈਏ ਦੀ ਚੀਜ਼ ਹੁੰਦੀ ਆ ਤੇ ਤੁਸੀਂ 150 ਰੁਪਈਆ ਕਹਿ ਕੇ ਡੰਡ ਲਾ ਦਿੰਦੇ ਜੋ। ਜੇ ਉਹਨੂੰ 500 ਰੁਪਈਆ ਕਹਾ ਤਾਂ ਦੇਦਾ, ਉਹਨੂੰ ਘੁੰਗਰੂ ਲੱਗੇ। ਗੱਲ ਮਾਤਾ ਘੁੰਗਰੂਆਂ ਦੀ ਨੀ ਆ, ਸੂਟ ਵੀ ਤੁਸੀਂ ਵੋਟਿੰਗ ਵਾਲਾ ਮੰਗਣ ਡੇ ਜੋ ਤੇ ਦੇਣ ਵੀ ਰੁਪਈਆ 150 ਦੇ, 500 ਲੱਗਣਾ ਲੈਣਾ ਲਓ, ਨਹੀਂ ਤਾਂ ਤੁਹਾਡੀ ਮਰਜ਼ੀ ਆ। ਆ ਵੇ ਆਪਣਾ ਸੂਟ ਅਸੀਂ ਨੀ ਲੈਣਾ, ਅਸੀਂ ਖੈਰ ਕੇ ਲੈ ਲਾਂਗੇ। ਚੱਲ ਵੇ ਮੁੰਡਿਆ। ਬੱਲੇ ਮੰਡੀ ਤੁਰਿਆ ਫਿਰਨੇ, ਤੂੰ ਅੰਨਾ ਤੈਨੂੰ ਦੇਣਾ ਸੂਟਾਂ ਦੀ ਦੁਕਾਨ ਦਾ ਸੂਟ ਹੀ ਲੈਣੇ। ਹੜ ਕੋ ਤੇ ਕਈ ਕੋ ਖਿਆ, ਸੂਟ ਵੀ ਆ, ਪੱਗਾਂ ਵੀ ਆ, ਕੁੜਤੇ ਪਜਾਮੇ ਦਾ ਕੱਪੜਾ ਵੀ ਆ, ਚੁੰਨੀਆਂ ਵੀ ਆ। ਅੱਛਾ, ਚੁੰਨੀਆਂ ਵੀ ਆਈਆਂ ਵਾ, ਕਿਉਂ ਫਾ ਲੈਣਾ? ਚਲ ਇੱਦਾਂ ਕਰ, ਲਿਆ ਵਖਾ ਚੁੰਨੀਆਂ, ਵਖਾ ਚੁੰਨੀਆਂ ਵੇ ਲੈਣੇ ਪਹਿਲਾਂ। ਹਾਂ ਵੇ ਤੇਰੇ ਪਿੱਛੇ ਰੰਗ ਆਪਣੇ ਕੋਲ ਸਾਰੇ ਹੀ ਹੈਗੇ, ਤੂੰ ਦੱਸ ਤੈਨੂੰ ਕਿਹੜਾ ਚਾਹੀਦਾ। ਅੱਕੋ ਕੋ ਗਾਇਓ ਹਾਲ ਦੇ, ਉਹ ਕਿਹੜਾ ਰੰਗ ਆ, ਉਹਦਾ ਤੇ ਮੈਂ ਨਾ ਹੀ ਪਹਿਲੀ ਵਾਰੀ ਸੁਣਿਆ। ਉਹ ਭਰਾਵਾ ਜਿਹੜਾ ਸੂਟ ਹੁਣ ਉਸੇ ਰੰਗ ਦਾ ਮੰਗਣਾ ਵਾ। ਉਹ ਭਰਾ ਨਾ ਕੋਈ ਉਹਨਾਂ ਹੋਰ ਦੱਸਿਆ ਹੋਣਾ ਜਿਹਦਾ ਸੂਟ ਉਹਨੂੰ ਨਾਲ ਲੈ ਗਿਆ ਪਹਿਲਾਂ। ਕੋਈ ਗੱਲ ਨਹੀਂ, ਚੱਲ ਰਹਿਣ ਦੇ, ਮੈਂ ਬਾਅਦ ਚ ਆ ਜੂ, ਮੈਨੂੰ ਪਜਾਮਾ ਕੁੜਤਾ ਵਿਖਾਲ ਦੇ। ਕੁੜਤੇ ਪਜਾਮੇ ਦਾ ਕਿਹੜਾ ਰੰਗ ਚਾਹੀਦਾ ਵਾ? ਖੱਟੇ ਰੰਗ ਦਾ ਵਿਖਾਲ ਦੇ। ਉਹ ਭਰਾ ਤੂੰ ਆਪਣਾ ਰੰਗ ਵੇਖ ਕੇ, ਉਹ ਕੱਪੜੇ ਦਾ ਰੰਗ ਦੇ ਤੇ ਉਹ ਤੇ ਤੈਨੂੰ ਪਾਇਆ ਇਦਾਂ ਲੱਗਣਾ ਜਿੱਦਾਂ ਸਰੋਂ ਦੇ ਕੱਟਾ ਵੱਧਾ ਹੁੰਦਾ। ਚੱਲ ਇਦਾਂ ਕਰ, ਚਿੱਟੇ ਰੰਗ ਦਾ ਵਿਖਾਲ ਦੇ ਫਿਰ। ਕਿਉਂ ਮਰਗ ਤੇ ਜਾਣਾ? ਉਹ ਸ਼ੁੱਭ ਸ਼ੁੱਭ ਬੋਲ ਭਰਾ, ਸਾਡਾ ਸਗਣਾ ਦਾ ਕੰਮ ਹੈ, ਤੂੰ ਕਲਹਿਣੀਆਂ ਜ਼ਬਾਨਾਂ ਬੋਲਣ ਡਿਆ ਵਾ। ਚਾਹੀਦੇ ਸੂਟ ਵਿਖਾਲ ਦੇ। ਕੀ ਰੇਟ ਦਾ? ਇਹਦਾ 1500 ਤੇ ਇਹਦਾ 2000। ਉਹ ਭਰਾ ਲਾਉਣੇ ਤਾਂ ਨੌਗੇ, ਮਸਾ ਹਲਕੇ ਵਿਖਾਲ ਦੇ। ਹਲਕੇ ਹੁਣ ਪਾਉਣੇ ਦੇ ਦਾ? ਉਹ ਭਰਾ ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ 100-150 ਵਿਖਾਲ ਦੇ। ਉਹ ਕਿਹੜੀ 147 ਦੀਆਂ ਗੱਲਾਂ ਕਰਨ ਡਿਆ ਪਾ, 100-150 ਦੀ ਤੇ ਅੱਜ ਕੱਲ ਚੁੰਨੀ ਨਹੀਂ ਆਉਂਦੀ। ਉਹ ਚੰਗੇ ਚੰਗੇ ਸੂਟ ਯਾਰ ਦੇ ਸਾਰੇ ਉੱਤੇ ਟੰਗੇ ਆ, ਕੀ ਗੱਲ ਉੱਥੇ ਹੱਥ ਨਹੀਂ ਪਹੁੰਚਦਾ? ਜਿੰਨਾ ਉਹਨਾਂ ਦਾ ਰੇਟ, ਹੱਥ ਤੇਰਾ ਵੀ ਨਹੀਂ ਪਹੁੰਚਣਾ। ਆਹੋ ਤੂੰ ਤੇ ਕਹਿੰਦਾ ਤੈਨੂੰ 150 ਰੁਪਈਏ ਨਾਲ ਸੀਗੇ ਵੀ ਦਈਏ। ਮੱਗੇ ਕਹਿਣ ਦਾ ਮਸ਼ੀਨ ਰੱਖੀ ਆ, ਲੀੜੇ ਜਾ ਤੇ ਇੱਥੇ ਸਿੰਗ ਦਿੰਦੇ ਹੋ। ਪਰੇ ਕਰ ਲਾ ਹੱਥ, ਕਿਤੇ ਤੈਨੂੰ ਬਣਾ ਸੀਂਦਾ। ਇੱਥੇ ਕੋਈ ਮੁੱਛ ਨਹੀਂ ਹੈਗਾ, ਵਿਆਹ ਜਾਣਾ, ਮੈਂ ਜੁੱਤੀ ਪਾਲਿਸ਼ ਕਰਾ ਲਿਆ, ਜੁੱਤੀ ਪਾਲਿਸ਼ ਕਰਾਉਣੀ। ਉਹ ਇਹਨੂੰ ਪਾਲਿਸ਼ ਨਹੀਂ, ਜਾ ਜਾ ਕੇ ਮਾਲਿਸ਼ ਕਰ, ਸ਼ਾਇਦ ਇਹਨੂੰ ਥੋੜ੍ਹੀ ਬਹੁਤੀ ਹੋਸ਼ ਆ ਜਾਵੇ।